ਗੀਤਕਾਰੀ ਦੇ ਬਾਬਾ ਬੋੜ ਸੁਖਮੰਦਰ ਸਿੱਧੂ ਜੀ ਅੱਠ ਜਲਾਲਾਂ ਵਾਲਾ, ਜਿਨ੍ਹਾਂ ਨੇ ਸੁੱਚਾ ਸੂਰਮਾ ਲਿਖ ਕੇ ਬੜੇ ਮਾਣ ਵਾਲੀ ਗੱਲ ਕੀਤੀ ਹੈ। ਇਹੋ ਜਿਹੀਆਂ ਲੋਕ ਕਥਾ ਵਿਰਲੇ ਗੀਤਕਾਰਾਂ ਦੇ ਹਿੱਸੇ ਵਿੱਚ ਆਉਂਦੀਆਂ, ਜਿਵੇਂ ਮੇਰੇ ਵੱਡੇ ਵੀਰ ਜੀ ਦੇਵ ਫਰੀਕਿਆਂ ਵਾਲੇ, ਸਾਡੇ ਸਤਿਕਾਰਯੋਗ ਬਾਪੂ ਜੀ ਕਰਨੈਲ ਸਿੰਘ ਜੀ ਪਾਸ ਸਾਹਿਬ, ਉਸੇ ਲੜੀ ਵਿੱਚ ਪਰੋਇਆ ਮਣਕਾ ਸੁਖਮੰਦਰ ਸਿੱਧੂ ਜੀ ਅੱਠ ਜਲਾਲਾਂ ਵਾਲੇ, ਅਤੇ ਜੋ ਇਹਨਾਂ ਨੇ ਲਿਖਿਆ ਲਓ, ਤੁਹਾਡਾ ਛੋਟਾ ਵੀਰ ਬਲਜੀਤ ਮਲੂਕਾ ਪੇਸ਼ ਕਰਨ ਲੱਗਾ, ਲੋਕ ਧਿਆਨ ਦੇਣਾ ਵਾਲਾ। ਹਮੀਰਗੜ੍ਹ ਪਿੰਡ ਦਾ ਚੱਕ ਕੇ ਰਫਲ ਜੱਟ ਨੇ ਮੁੰਡੇ ਪਾਲੀ ਪਾਲੀ ਪਾਲੀਆਂ, ਤੇਰਾ ਤੁਰ ਪਿਆ ਵੈਰੀ ਵੱਲ ਨੂੰ ਭੱਟੇ ਲੱਕਣਾ ਭੱਟੇ ਲੱਕ ਨਾਲ ਪੇਟੇ ਰੰਦਾ ਵਾਲੇ ਅੱਖੀਆਂ ਚ ਖੂਨ ਸਿੰਮਦਾ ਬੱਲਿਆ ਬੱਲਿਆ ਉਹ ਚੱਕ ਤੂੰ ਲਗੌੜ ਪਿੰਡ ਚੋ ਡਿੱਗ ਚੱਲਿਆ ਉਹ ਡਿੱਗ ਚੱਲਿਆ ਉਹ ਕਹਿ ਕੇ ਚੱਲਿਆ ਪਠਾਣੀ ਪੈ ਗਿਆ ਉਹ ਪੱਜ ਕੇ ਕਿੱਧਰ ਜਾਊਂਗੇ ਮਾੜੇ ਭੜਕਾਂ ਭੜਕਾਂ ਮੈਂ ਕਰ ਦੂਤ ਮਾਈਆਂ ਮੇਰੇ ਨਾਲ ਮੱਥਾ ਲਾਊਗਾ ਵੇ ਕੋਈ ਮਾਈ ਦਾ ਕੋਈ ਮਾਈ ਦਾ ਨਾਲ ਹੀ ਆ ਕੇ ਇੱਕ ਤਾਣ ਖੜਾ ਬੁੱਕਦਾ ਜੈਰੀ ਜੈਰੀ ਉਹ ਅੱਖਾਂ ਮੁਰਗੀ ਲੰਘ ਜੇਵ ਦਸ ਵੈਰੀ ਦਸ ਵੈਰੀ ਦਸ ਵੈਰੀ ਛੱਡ ਕੇ ਮੈਦਾਨ ਸਾਰੇ ਭੱਜ ਕੇ ਅੜਕੀ ਦਲੇਰ ਬੁੱਕਦਾ ਜੋ ਸ਼ੇਰ ਪਿੰਜਰੇ ਪਿੰਜਰੇ ਚ ਮਾਰਦਾ ਬੜਕਾ ਅੱਖਾਂ ਲਾਲ ਗੇਰੂ ਹੋ ਗਈਆਂ ਵੇ ਵੱਡੇ ਦੰਦੀਆਂ ਵੱਡੇ ਦੰਦੀਆਂ ਪੇਸ਼ ਨਾ ਚੱਲਦੀ ਕਰਦਾ ਕਮਾਲ ਸੂਰਮਾ ਚੰਨੀਏ ਚੰਨੀਏ ਸੂਰਮੇ ਦੇ ਹਾੜ ਕੱਟਦੇ ਨੀ ਗੱਲ ਮੰਨੀਏ ਨੀ ਗੱਲ ਮੰਨੀਏ ਨੀ ਗੱਲ ਮੰਨੀਏ ਅਖੀਰੀ ਤੁਹਾਡਾ ਆ ਗਿਆ ਉਹ ਭੱਜ ਕੇ ਕਿੱਧਰ ਜਾਓਗੇ ਛੱਡੂ ਆਣਸਾਂ ਆਣਸਾਂ ਮਕਾ ਕੇ ਸੂਰਮਾ ਧੀਮੀਆਂ ਦੇ ਯਾਰ ਲੁੱਕ ਗਏ ਵੇ ਜਿਵੇਂ ਲੁੱਕਦੇ ਜਿਵੇਂ ਲੁੱਕਦੇ ਗਿੱਦੜਕ ਪਾਤੀ ਕੰਨ ਕੋਈ ਚੁੱਕਦਾ ਨਹੀਂ ਦੋਸਤਾ ਦੋਸਤਾ ਅਮੀਰਗੜ੍ਹ ਵਾਲੇ ਸਿੱਧੂ ਗਾਵੇ ਵੈਰੀ ਠੋਕਦਾ ਵੈਰੀ ਠੋਕ